ਸਤਿ ਸ਼੍ਰੀ ਅਕਾਲ ਵਿਦਿਆਰਥੀਓ ਅੱਜ ਅਸੀਂ ਕਲਾਸ 12th ਬਾਇਓਲੋਜੀ ਦੇ ਚੈਪਟਰ ਨੰਬਰ 15 ਬਾਇਓਡਾਇਵਰਸਿਟੀ ਐਂਡ ਕੰਜ਼ਰਵੇਸ਼ਨ ਦੇ ਟੌਪਿਕ ਥ੍ਰੈਟਸ ਔਰ ਰੀਜਨਸ ਫਾਰ ਬਾਇਓਡਾਇਵਰਸਿਟੀ ਲਾਸ ਬਾਰੇ ਅੱਜ ਪੜਾਂਗੇ ਮੈਂ ਡਾਕਟਰ ਸੰਜੀਵ ਨਾਗਪਾਲ ਲੈਕਚਰ ਬਾਇਓਲੋਜੀ ਗਵਰਨਮੈਂਟ ਸੀਨੀਅਰ ਸੈਕੰਡਰੀ ਸਕੂਲ ਕੋਟਫੱਤਾ ਡਿਸਟ੍ਰਿਕਟ ਬਠਿੰਡਾ ਤੁਹਾਡੇ ਨਾਲ ਕੱਲ ਕਰ ਰਹੇਗਾ ਇਸ ਚੈਪਟਰ ਨੂੰ ਆਪਾਂ ਕਰਨ ਦੇ ਲਈ ਤੁਹਾਡੇ ਨਾਲ ਮੈਂ ਇੱਥੇ ਹਾਜ਼ਰ ਹੋਇਆ ਤਾਂ ਸਭ ਤੋਂ ਪਹਿਲਾਂ ਅਸੀਂ ਬਾਇਓਡਾਈਵਰਸਿਟੀ ਬਾਰੇ ਕੁਝ ਜਾਣਕਾਰੀ ਲਵਾਂਗੇ ਕਿ ਜਿਹੜੀ ਟਰਮ ਬਾਇਓਡਾਈਵਰਸਿਟੀ ਜਿਸ ਨੂੰ ਅਸੀਂ ਬਾਇਓਲੋਜੀਕਲ ਡਾਈਵਰਸਿਟੀ ਵੀ ਕਹਿੰਦੇ ਹਾਂਗੇ ਕੀ ਹੁੰਦੀ ਹੈ ði ਟਰਮ ਬਾਇਓਡਾਈਵਰਸਿਟੀ অর ਬਾਇਓਲੋਜੀਕਲ ਡਾਈਵਰਸਿਟੀ ਰੈਫਰਸ ਟੂ ði ਵੈਰਾਈਟੀ ਆਫ ਲਾਈਫ ਫਾਰਮਸ ਐਂਡ ਹੈਬਿਟੇਟਸ ਫਾਊਂਡ ਇਨ ਅ ਡਿਫਾਈਨਡ ਏਰੀਆ ਕਿਸੇ ਖਾਸ ਏਰੀਆ ਦੇ ਵਿੱਚ ਕਿੰਨੇ ਕਿਸਮ ਦੀਆਂ ਲਾਈਫ ਫਾਰਮਸ ਉਥੇ ਪ੍ਰੈਜ਼ੈਂਟ ਹੈ ਗਿਆ ਔਰ ਉਹ ਲਾਈਫ ਫਾਰਮ ਕਿੰਨੇ ਕਿਸਮ ਦੀਆਂ ਹੈਬਿਟੇਟਸ ਦੇ ਵਿੱਚ ਨਿਵਾਸ ਸਥਾਨਾਂ ਦੇ ਵਿੱਚ ਮੌਜੂਦ ਹੈ ਗਿਆ ਉਹਨਾਂ ਸਾਰਿਆਂ ਨੂੰ ਅਸੀਂ ਅਗਰ ਇੱਕ ਟਰਮ ਦੇ ਨਾਲ ਡਿਫਾਈਨ ਕਰਨਾ ਚਾਹੀਏ ਤਾਂ ਉਹ ਟਰਮ ਹੋਏਗੀ ਬਾਇਓਡਾਈਵਰਸਿਟੀ ਸਿੰਪਲ ਇੱਕ ਐਗਜ਼ਾਮਪਲ ਦਿੰਨਾ ਮੈਂ ਸਾਡੇ ਆਸ-ਪਾਸ ਤੁਸੀਂ ਦੇਖਿਆ ਹੋਊਗਾ ਬੇਟਾ ਸੋਡੇ ਆਨ ਗਵਰਡ ਵਿੱਚ ਲੋਗਾ ਨੂੰ ਸ਼ੌਂਕ ਹੈ ਬਟਾ ਡੌਗਸ ਰੱਖਣ ਦਾ ਔਰ ਡੌਗਸ ਵਲ ਅਗਰ ਅਸੀਂ ਥੋੜਾ ਜਿਹਾ ਧਿਆਨ ਨਾਲ ਦੇਖੀਏ ਤਾਂ ਹਰ ਘਰ ਦੇ ਵਿੱਚ ਜਿਹੜੇ ਡੌਗ ਦੀ ਵੈਰਾਈਟੀ ਹੈਗੀ ਉਹ ਡਿਫਰੈਂਟ ਹੈਗੀ ਤਾਂ ਅਸੀਂ ਸਿੰਪਲ ਵਰਡਸ ਵਿੱਚ ਇਹ ਕਹਿ ਸਕਦੇ ਆ ਕਿ ਡੌਗਸ ਦੀ ਉਹ ਡਾਈਵਰਸਿਟੀ ਹੈ ਉਥੇ ਕੀ ਹੈਗੀ ਬਾਇਓ ਡਾਈਵਰਸਿਟੀ ਆਫ ਡੌਗਸ ਹੈਗੀ ਇੱਕ इंटरैशनली प्रोग्राम चलया गया जिंदा नाम है यू एन ई पी दैट इज द यूनाइट नेशनस इनवायरमेंटल प्रोग्राम एक लीडिंग अथॉरिटी हैगी इन द यूनाइट नेशन सिस्टम जिड़ी कि अपनी एक्सपर्टाइज नूज करती है टू स्ट्रेंथन द इनवायरमेंटल स्टैंडर्ड्स इंटरनेशनल लैवल उ इनवायरमेंटल स्टैंडर्ड्स नोंोंोंग करने यह एक एक्सपर्ट एजेंसी हैगी जिदे द्वारा एक प्रोग्राम चलाया जाता है अकॉर्डिंगली यू एन ई पी जी बायोडावर्सिटी की चीज़ है यू एन ई पी बायोडावर्सिटी एज द वैरायटी एंड वेरिएबिलिटी ऑफ ऑल एनिमल्स प्लांट्स एंड माइक्रो ऑर्गेनिजम्स एंड इकोलॉजिकल कंपलैक्सिज of which they are a part oh variety te variability sare animals di plants di microorganisms di ta oh ate oh ecological complexes je da oh hissa han oh sara milke ki bana dande age biodiversity bana dande this definition was given by un ep biodiversity term hai gi that is coined by we जी रोसेन सिंपल ਤੁਸੀਂ ਰੋਜ਼ਨ ਵੀ ਕਹਿ ਸਕਦੇ ਦਿਸ ਇ ਦਾ ਨੇਮ ਆਫ ਸਾਇੰਟਿਸਟ ਐਂਡ ਹੀ ਇਜ਼ ਨੋਨ ਐਸ ਦਾ ਫਾਦਰ ਆਫ ਬਾਇਓਡਾਈਵਰਸਟੀ ਦਿਸ ਇ ਅ ਵੈਰੀ ਇੰਪੋਰਟੈਂਟ ਕੁਐਸਚਨ ਫਾਰ ਨੀਟ ਐਂਡ ਯੂਅਰ ਪਾਸ ਐਗਜ਼ਾਮੀਨੇਸ਼ਨ ਥੇਅਰ ਇਜ਼ ਨਾਰਮਸ ਡਾਈਵਰਸਟੀ ਔਨ ਦਾ ਲਾਈਫ ਔਨ ਦਿਸ ਅਰਥ ਐਸ ਅਰਥ ਦੇ ਉੱਪਰ ਬਹੁਤ ਸਾਰੀ ਡਾਈਵਰਸਟੀ ਹੈਗੀ ਹਾਲਾਂਕਿ ਕੀ ਡਾਈਵਰਸਿਟੀ ਇੰਨੀ ਜ਼ਿਆਦਾ ਹੈ ਸਾਨੂੰ ਲੱਗਦਾ ਹੈ ਕਿ ਅਸੀਂ ਸਾਰੇ ਆਰਗਨਿਜ਼ਮਸ ਨੂੰ ਜਾਣਦੇ ਹਾਂ ਬਟ ਬੇਟਾ ਜਦੋਂ ਅਸੀਂ ਡਿਸਕਵਰੀ ਚੈਨਲ ਦੇਖਦੇ ਹਾਂ ਤਾਂ ਸਾਨੂੰ ਉੱਥੇ ਕੁਝ ਅਜਿਹੇ ਜੀਵ ਦਿਖਾਈ ਦਿੰਦੇ ਆ ਜਿਹਨੂੰ ਦੇਖ ਕੇ ਸਾਨੂੰ ਹੈਰਾਨੀ ਹੁੰਦੀ ਹੈ ਸਾਨੂੰ ਲੱਗਦਾ ਹੈ ਕਿ ਅਸੀਂ ਸਾਰੇ ਆਰਗਨਿਜ਼ਮਸ ਨੂੰ ਨਹੀਂ ਜਾਣਦੇ ਕਿੰਨੇ ਕੁ ਨੂੰ ਜਾਣਦੇ ਆ ਅਸੀਂ ਦਾ ਮਤਲਬ ਇੱਥੇ ਸਾਇੰਸ ਹੈ देयर ਆਰ ਅਬਾਊਟ 1.75 पॉइंट ऑफ स्पीशीज ऑन दिस अर्थ नोन टू साइंस साइंस लगभग इस धरती के उपर वन पॉइंट सैवन फाइव ही स्पीशीज न ही जानती है जिन्हों प्लांट्स भी है और एनिमल्स भी है बट इस तो ती तो लैके पाँ गुना ज्यादा स्पीशीज़ अर्थ के उपर प्रजेंट है ਜਿਕੇ ਜਿਨ੍ਹਾਂ ਨੂੰ ਹਜੇ ਡਿਸਕਵਰ ਕਰਨਾ ਬਾਕੀ ਹੈ ਅਸੀਂ ਉਸ ਨੂੰ ਲਗਾਤਾਰ ਡਿਸਕਵਰ ਕਰ ਰਹੇ ਹਾਂ ਖੋਜ ਕਰ ਰਹੇ ਹਾਂ ਉਹਨਾਂ ਦੀ ਸੀ ਲਗਾਤਾਰ ਔਰ ਲਗਭਗ 15000 ਸਪੀਸੀਜ਼ ਹਰ ਸਾਲ ਅਸੀਂ ਖੋਜ ਕਰਦੇ ਹਾਂ ਸਾਡੀ ਪ੍ਰੀ ਐਗਜ਼ਿਸਟਿੰਗ ਬਾਇਓਲੋਜੀਕਲ ਕਲਾਸੀਫਿਕੇਸ਼ਨ ਦੇ ਵਿੱਚ ਉਹਨਾਂ ਨੂੰ ਸੈੱਟ ਕਰਦੇ ਹਾਂ ਬਾਈਨੋਮਲ ਨੋਮਨਕਲੇਚਰ ਦੇ ਅਕੋਰਡਿੰਗਲੀ ਅਸੀਂ ਉਹਨਾਂ ਦੇ ਨਾਮ ਰੱਖਦੇ ਹਾਂਗੇ ਕਿ ਉਸ ਸਪੀਸੀਜ਼ ਦਾ ਨਿਊਲੀ ਡਿਸਕਵਰਡ ਸਪੀਸੀਜ਼ ਦਾ ਕੀ ਨਾਮ ਹੋਊਗਾ इन्नी ज़्यादा डायवर्सिटी साढ़े को अर्थ के उपर प्रजेंट है कुछ एग्जाम्पल्स दिना मैं थोड़ा देर आर मोर दैन ट्वेंटी थाउजेंड स्पीसीज ऑफ एंट्स कीड़िया चिंटियाँ जिन्हें स्पीसीज है इस धरती के उपर भी हज़ार भी ज़्यादा है बीटल्स दपीसीज है थर्टी थाउजेंडों ज़्यादा है फिशिज दूससीज है ट्वेंटी एट थाउजेंडों ज़्यादा है ਔਰ ਨੀਅਰਲੀ ਆਪਣੇ ਕੋਲ 20000 ਸਪੀਸੀਜ਼ ਆਰਚਰਸ ਦੀਆਂ ਇਸ ਧਰਤੀ ਦੇ ਉੱਪਰ ਮੌਜੂਦ ਹਨ ਇਹ ਤਾਂ ਕੁਝ ਐਗਜ਼ਾਮਪਲਸ ਹੈਗੀਆਂ ਜਿਨਾਂ ਕਿ ਸਾਡੀ ਬੁੱਕ ਦੇ ਵਿੱਚ ਟੈਕਸਟ ਬੁੱਕ ਦੇ ਵਿੱਚ ਦਿੱਤੇ ਹੋਏ ਹੈਗੀਆਂ ਇਸ ਤੋਂ ਅਲਾਵਾ ਵੀ ਡਾਟਾ ਜਿਹੜਾ ਹੈਗਾ ਆਪਣੇ ਕੋਲ ਬਹੁਤ ਜ਼ਿਆਦਾ ਵਾਸਟ ਹੈ ਜਿੱਥੋਂ ਪਤਾ ਲੱਗਦਾ ਕਿ ਇਹ ਧਰਤੀ ਬਾਇਓਡਾਇਵਰਸਿਟੀ ਦੇ ਨਾਲ ਪੂਰੀ ਤਰ੍ਹਾਂ ਰਿਚ ਹੈਗੀ ਠੀਕ ਹੈ ਜੀ ਇੰਪੋਰਟੈਂਸ ਕੀ ਹੈ ਬਾਇਓਡਾਇਵਰਸਿਟੀ ਬਾਇਓਡਾਇਵਰਸਿਟੀ ਸਾਨੂੰ ਫੰਕਸ਼ਨਿੰਗ ਇਕੋਸਿਸਟਮਸ ਪ੍ਰੋਵਾਈਡ ਕਰਦੇ ਆ ਜਿਹੜੇ ਕਿ ਸਾਨੂੰ ਆਕਸੀਜਨ ਦੀ ਕੰਟੀਨਿਊਸਲੀ ਸਪਲਾਈ ਕਰਦੇ ਆ ਔਰ ਆਕਸੀਜਨ ਦੇ ਕਰਕੇ ਹੀ ਐਸੀ ਇੱਥੇ ਜਿੰਨਾ 에ਅ ਵਾਟਰ ਜਿਹੜੇ ਪਲਾਂਟਸ ਆ ਉਹਨਾਂ ਦੀ ਪੋਲੀਨੇਸ਼ਨ ਦੇ ਲਈ ਪੋਲੀ ਨਿਊਟ੍ਰੈਂਟਸ ਪ੍ਰੋਵਾਈਡ ਸਾਨੂੰ ਕਰਦੇ ਆਗੇ ਪੈਸ ਕੰਟਰੋਲ ਕਰ ਸਕਦੇ ਆ ਸੀ ਇਸ ਬਾਇਓਡਾਇਵਰਸਿਟੀ ਦੇ ਹੈਲਪ ਦੇ ਨਾਲ ਵੇਸਟ ਵਾਟਰ ਦੇ ਟ੍ਰੀਟਮੈਂਟ ਕਰ ਸਕਦੇ ਆ ਅਤੇ ਹੋਰ ਕਈ ਇਕੋਸਿਸਟਮ ਦੀਆਂ ਜਿਹੜੀਆਂ ਸਰਵਿਸਸ ਹੈਗੀਆਂ ਸਾਨੂੰ ਇਹ ਬਾਇਓਡਾਇਵਰਸਿਟੀ ਕਰਕੇ ਹੀ ਸਾਨੂੰ ਅਵੇਲੇਬਲ ਹੈਗੇ ਆ ਗਿਆ ਲਾਸ ਆਫ ਬਾਇਓਡਾਇਵਰਸਿਟੀ ਦੇ ਮੈਂ ਤੁਹਾਨੂੰ ਹੁਣੇ ਹੀ ਪਹਿਲਾਂ ਗੱਲ ਕਰ ਚੁੱਕੇ ਆ ਕਿ ਲਗਭਗ ਅਸੀਂ ਹਰ ਸਾਲ 15000 ਨਿਊ ਸਪੀਸੀਜ਼ ਨੂੰ ਡਿਸਕਵਰ ਕਰਦੇ ਆ ਪਰ ਨਾਲ ਨਾਲ ਜੋ ਪਹਿਲਾਂ ਇੱਥੇ ਐਗਜ਼ਿਸਟ ਕਰ ਰਹੀਆਂ ਸਪੀਸੀਜ਼ ਹੈਗੀਆਂ ਉਹ ਇਸ ਧਰਤੀ ਤੋਂ ਕਿਸੇ ਨਾ ਕਿਸੇ ਕਾਰਨ ਕਰਕੇ ਲਾਸਟ ਹੋ ਰਹੀਆਂ ਖਤਮ ਹੋ ਰਹੀਆਂ ਬਹੁਤ ਵਧੀਆ ਤੇ ਇੰਪੋਰਟੈਂਟ ਐਗਜ਼ਾਮਪਲ ਹੈ ਕਿ ਸਾਡੇ ਕੋਲ ਡਾਇਨਾਸੌਰ ਦੇ ਕਿਸੇ ਵੇਲੇ ਇਸ ਧਰਤੀ ਦੇ ਉੱਪਰ ਡਾਇਨਾਸੌਰ ਦਾ ਬੋਲ ਵਾਲਾ ਸੀ ਪਰ ਅੱਜ ਸਾਨੂੰ ਕੋਲ ਡਾਇਨਾਸੌਰ ਨਹੀਂ ਮਿਲ ਲਏ ਉਹ ਇੱਥੋਂ ਐਕਸਟਿੰਗਟ ਹੋ ਚੁੱਕੇ ਕੰਪਲੀਟਲੀ ਲਾਸ ਹੋ ਚੁੱਕੇ ਹੈ ਔਰ ਇਹ ਜਿਹੜੀ ਡਾਈਵਰਸਿਟੀ ਦੀ ਲਾਸ ਹੈਗਾ ਇਹ ਇਹ ਲਗਾਤਾਰ ਰੈਪਿਡਲੀ ਬਹੁਤ ਤੇਜ਼ੀ ਦੇ ਨਾਲ ਹੋ ਰਿਹਾ ਹੈਗਾ ਐਨ ਉਹਦਾ ਸਭ ਨਾਲੋਂ ਜਿਹੜਾ ਕਾਰਨ ਹੈਗਾ ਅਕਿਊਜ਼ਿੰਗ ਫਿੰਗਰ ਜਿਹੜੀ ਆਪਣੇ ਕੋਲ ਇਸ ਕਲੀਅਰਲੀ ਪੁਆਇੰਟਿੰਗ ਟੂ ਦਾ ਹਿਊਮਨ ਐਕਟੀਵਿਟੀਜ਼ ਮੇਨ ਕਾਰਨ ਜਿਹੜਾ ਹੈਗਾ ਉਹ ਹਿਊਮਨ ਐਕਟੀਵਿਟੀਜ਼ ਹੈਗੀ ਹੈ ਜਿਸ ਤਰ੍ਹਾਂ ਕਲੋਨਾਈਜੇਸ਼ਨ ਆਫ ਟ੍ਰੋਪੀਕਲ ਪੈਸੀਫਿਕ ਆਈਲੈਂਡਸ ਟ੍ਰੋਪੀਕਲ ਪੈਸੀਫਿਕ ਆਈਲੈਂਡ ਉੱਪਰ ਕਲੋਨੀਆਂ ਬਣਾਉਣ ਵੇਲੇ ਜਦੋਂ ਹਿਊਮਨ ਬੀਇੰਗਸ ਨੇ ਉੱਪਰ ਕਲੋਨੀਆਂ ਬਣਾਈਆਂ ਦੀ ਕਲੋਨਾਈਜੇਸ਼ਨ ਕੀਤੀ ਔਰ ਇਹ ਕਿਹਾ ਜਾਂਦਾ ਹੈਗਾ ਕਿ ਉਸ ਵੇਲੇ ਲਗਭਗ 2000 ਰੀਆਂ ਸਪੀਸੀਜ਼ ਹੈਗੀਆਂ ਨੇਟਿਵ ਬਰਡਸ ਦੀਆਂ ਪੰਛੀਆਂ ਦੀਆਂ ਉਹ ਇਥੋਂ ਅਲੋਪ ਹੋ ਗਈਆਂ ਤਾਂ ਇਸ ਤਰ੍ਹਾਂ ਦੀ ਪ੍ਰੋਸੈਸਸ ਦੇ ਵਿੱਚ ਲਗਾਤਾਰ ਜਿਹੜੀਆਂ ਹੈਗੀਆਂ ਕੋਲ ਸਪੀਸੀਜ਼ ਹੈਗੀਆਂ ਉਹ ਖਤਮ ਹੋ ਰਹੀਆਂ ਹੈਗੀਆਂ ਇੱਕ ਇੰਟਰਨੈਸ਼ਨਲ ਬਾਡੀ ਹੈਗੀ IUCN ਥਿਸ ਇਜ਼ ਦਾ ਫੁੱਲ ਨੇਮ ਹੈ ਇੰਟਰਨੈਸ਼ਨਲ ਯੂਨੀਅਨ ਫਾਰ ਕਨਜ਼ਰਵੇਸ਼ਨ ਆਫ ਨੇਚਰ ਵੈਰੀ ਇੰਪੋਰਟੈਂਟ ਕੁਐਸਚਨ ਮਲਟੀਪਲ ਦਾ ਐਮਸੀਕਿਊ ਦਾ ਇੱਕ ਇੰਪੋਰਟੈਂਟ ਕੁਐਸਚਨ ਹੈਗਾ ਇਹ ਪਾਸ ਦੇ ਲਈ ਵੀ ਨੀਟ ਦੇ ਵੀ ਲਈ ਉਹਦਾ ਕੀ ਪਰਪਸ ਹੈ ਉਹ ਕੀ ਕਰਦਾ ਹੈਗਾ ਇਨਫਲੂਐਂਸ ਇਨਕਰੇਜ ਐਂਡ ਅਸਿਸਟ ਟੂ ਕੰਸਰਵ ਦਾ ਇੰਟੈਗ੍ਰਿਟੀ ਐਂਡ ਡਾਈਵਰਸਿਟੀ ਆਫ ਨੇਚਰ ਐਸ ਕੁਦਰਤੀ ਡਾਈਵਰਸਿਟੀ ਨੂੰ ਇੰਟੈਗ੍ਰੇਟ ਕਰਦੀ ਹੈ ਉਹਨੂੰ ਕੰਸਰਵ ਕਰਕੇ ਰੱਖਣ ਦੇ ਵਿੱਚ ਸਹਾਇਤਾ ਕਰਦੀ ਹੈ ਲੋਕਾਂ ਨੂੰ ਇਨਕਰੇਜ ਉਤਸ਼ਾਹਿਤ ਕਰਦੀ ਹੈ ਤੇ ਪ੍ਰਭਾਵਿਤ ਕਰਦੀ ਹੈ ਇਸ ਬਾਡੀ ਦਾ ਨਾਮ IUCN ਹੈਗਾ ਔਰ ਉਸਨੇ ਕੀ ਕਰ ਰੱਖਿਆਗਾ ਇੱਕ ਲਿਸਟ ਬਣਾਈ ਹੈ IUCN ਰੈਡ ਲਿਸਟ ਜਿਸ ਨੂੰ ਸੀ ਕਹਿੰਦੇ ਹੈਗੇ ਔਰ ਆਲਸੋ ਕਾਲਡ ਐਸ ਰੈਡ ਡਾਟਾ ਲਿਸਟ ਵੀ ਕਹਿੰਦੇ ਹੈਗੇ 1964 ਚ ਫਾਊਂਡ ਕੀਤੀ ਗਈ ਸੰਸਥਾ ਔਰ ਇਹਦਾ ਹੈੱਡਕੁਆਰਟਰ ਯੂਨਾਈਟਿਡ ਕਿੰਗਡਮ ਦੇ ਵਿੱਚ ਥੋੜੀ ਜੀ ਹੋਰ ਜਾਣਕਾਰੀ ਦੇ ਮੈਂ ਤੁਹਾਨੂੰ ਰੈਡ ਡਾਟਾ ਲਿਸਟ ਵਿੱਚ ਇਹਦੇ ਵਿੱਚ ਉਹ ਆਰਗੇਨਿਜ਼ਮਸ ਦੀ ਚਾਹੇ ਇਟ ਮੇ ਬੀ ਪਲਾਂਟਸ অর ਇਟ ਮੇ ਬੀ ਐਨੀਮਲਸ ਉਹਨਾਂ ਆਰਗੇਨਿਜ਼ਮਸ ਦੀ ਲਿਸਟ ਬਣਾਈ ਹੋਈ ਹੈਗੀ ਜਿਹੜੀ ਇਸ ਧਰਤੀ ਦੇ ਉੱਪਰੋਂ ਅਲੋਪ ਹੋ ਚੁੱਕੇ ਐ ਐਕਸਟਿੰਕਟ ਹੋ ਚੁੱਕੇ ਐ ਖਤਮ ਹੋ ਚੁੱਕੇ ਐ ਤੇ ਨਾਲ ਨਾਲ ਉਹਨਾਂ ਦੇ ਵਿੱਚ ਇੱਕ ਲਿਸਟ ਪਿੰਕ ਲਿਸਟ ਵੀ ਬਣੀ ਹੋਈ ਹੈਗੀ ਜਿਨ੍ਹਾਂ ਨੂੰ ਥ੍ਰੈਟਸ ਹੈਗੇ ਖਤਰਾ ਹੈਗਾ ਇਸ ਧਰਤੀ ਤੋਂ ਅਲੋਪ ਹੋਣ ਦਾ ਔਰ ਇਹ ਸਾਨੂੰ ਇਹਦਾ ਫਾਇਦਾ ਕੀ ਹੈ ਬਣਾਉਣ ਦਾ ਇਹਦਾ ਇਹ ਫਾਇਦਾ ਹੈਗਾ ਅਸੀਂ ਇੱਥੇ ਅਵੇਅਰ ਹੁੰਨੇ ਆ ਕਿ ਕਿੰਨਾ ਸਪੀਸੀਜ਼ ਵੱਲ ਸਾਨੂੰ ਜ਼ਿਆਦਾ ਧਿਆਨ ਦੇਣ ਦੀ ਲੋੜ ਹੈ ਔਰ ਕਿਹੜੀਆਂ ਸਪੀਸੀਜ਼ ਅੱਜ ਦੇ ਸਮੇਂ ਦੇ ਵਿੱਚ ਅਲੋਪ ਹੋਣ ਦੇ ਕਿਨਾਰੇ ਦੇ ਉੱਪਰ ਹੈ ਜੇ ਅਸੀਂ ਉਹਨਾਂ ਵੱਲ ਧਿਆਨ ਦਿੱਤਾ ਉਹਨਾਂ ਨੂੰ ਕਨਜ਼ਰਵ ਕਰਨ ਦੀ ਕੋਸ਼ਿਸ਼ ਕੀਤੀ ਤਾਂ ਅਸੀਂ ਉਹਨਾਂ ਨੂੰ ਇੱਥੋਂ ਬਚਾ ਸਕਦੇ ਹਾਂ ਉਹਨਾਂ ਨੂੰ ਸੁਰੱਖਿਅਤ ਕਰ ਸਕਦੇ ਹਾਂ ਆਈਯੂਸੀਨ ਰੈਡ ਲਿਸਟ ਡਾਕੂਮੈਂਟਸ ਕਿੰਨੇ ਵਿੱਚ ਵੀਰਵੇ ਦਰਜ ਹੈਗੇ 2004 ਦਾ ਇਹ ਡਾਟਾ ਹੈਗਾ the loss of 784 species total species ਉਹਦੇ ਵਿੱਚ ਨੋਟ ਕੀਤੀਆਂ ਹੈ ਕਿ ਇੰਨੀਆਂ ਲਾਸ ਹੋ ਚੁੱਕੀਆਂ ਜਿਨ੍ਹਾਂ ਦੇ ਵਿੱਚ 338 ਵਰਟੀਬ੍ਰੇਟਸ ਹੈਗੇ 359 ਇਨਵਰਟੀਬ੍ਰੇਟਸ ਹੈਗੇ ਐਂਡ 87 ਸਪੀਸੀਜ਼ ਜਿਹੜੇ ਆ ਉਹ ਪਲਾਂਟ ਦੀ ਹੈਗੀਆਂ ਔਰ ਇਹ ਲਾਸ ਕਦੋਂ ਹੈ ਲਾਸਟ 500 ਈਅਰ ਦੇ ਵਿੱਚ ਪਿਛਲੇ 500 ਸਾਲਾਂ ਦੇ ਵਿੱਚ ਲਗਭਗ ਸਾਡੇ ਕੋਲ ਜਿਹੜਾ ਸੀਰੀਆਂ ਸਪੀਸੀਜ਼ ਹੈਗੀਆਂ ਉਹ ਇੱਥੋਂ ਅਲੋਪ ਹੋ ਚੁੱਕੀਆਂ ਗਿਆ। ਔਰ ਲਾਸਟ 20 ইয়ার্স ਦੀ ਗੱਲ ਕਰੀਏ ਤਾਂ ਇਹਦੇ ਵਿੱਚ 27 ਸਪੀਸੀਜ਼ ਇੱਥੋਂ ਡਿਸਪੀਅਰ ਹੋ ਗਈਆਂ। ਇਸ ਅਰਥੇ ਉਹ ਪਰ ਬਿਲਕੁਲ ਖਤਮ ਹੋ ਗਈਆਂ। ਉਹਨਾਂ ਚ ਕੀ ਕੁਛ ਆ ਜਾਂਦਾ ਜਿਵੇਂ ਮੋਰਿਸ਼ੀਅਸ ਦਾ ਇੱਕ ਬਰਡ ਹੈਗਾ ਡੋਡੋ। ਬਿਲਕੁਲ ਹੀ ਇੱਥੋਂ ਖਤਮ ਹੋ ਗਿਆ ਉਹ। ਰਸ਼ੀਆ ਦੀ ਇੱਕ ਫਿਸ਼ ਹੈਗੀ ਸਟੈਲਸ ਸੀ ਕਾਉ ਔਰ ਟਾਈਗਰ ਦੀਆਂ ਤਿੰਨ ਸਬਸਪੀਸੀਜ਼ ਹੈਗੀਆਂ ਬਾਲੀ ਜ਼ਾਵਨ ਐਂਡ ਕੈਸਪੀਅਨ ਉਹ ਐਥੋਂ ਐਕਸਟਿੰਕਟ ਹੋ ਗਏ ਐਸ ਵਰਡ ਵਿੱਚੋਂ ਐਸ ਅਰਥ ਦੇ ਵਿੱਚੋਂ ਡੋਡੋ ਦਾ ਤੁਸੀਂ ਹੁਣ ਸਾਹਮਣੇ ਪਿਕਚਰ ਦੇਖ ਸਕਦੇ ਹੋ ਫਲਾਈਟਲੈਸ ਹੈ ਇੱਕ ਬਰਡ ਸੀਗਾ ਜਿਆਦਾ ਐਕਟੀਵਿਟੀ ਨਹੀਂ ਕਰਦਾ ਸੀਗਾ ਇਨਐਕਟਿਵ ਰਹਿੰਦਾ ਸੀਗਾ ਤਾਂ ਇਹਦਾ ਪ੍ਰੇਡੀਸ਼ਨ ਕੀਤੀ ਗਈ ਸ਼ਿਕਾਰ ਹੋਇਆ ਦਾ ਆਪਣੇ ਕੋਲੇ ਨੂੰ ਫੂਡ ਦੇ ਲਈ ਇਹਨੂੰ ਮਾਰਿਆ ਗਿਆ ਔਰ ਇੱਕ ਹੋਰ ਰੀਜਨ ਸੇ ਦਾ ਇਥੋਂ ਐਕਸਟਿੰਕਟ ਹੋ ਜਾਂਦਾ ਯੂਜ਼ ਆਫ ਐਕਸੈਸਿਵ ਪੈਸਟਿਸਾਈਡਸ ਡੀ 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 ਦੀ ਮਾਤਰਾ ਇਹਦੇ ਵਿੱਚ ਇੰਨੀ ਜ਼ਿਆਦਾ ਹੋ ਗਈ ਸੀ ਕਿ ਇਹਦੇ ਜੋ ਐਗ ਸੀਗੇ ਉਹਨਾਂ ਦੀਆਂ ਸ਼ੈਲ ਇੰਨੀਆਂ ਪਤਲੀਆਂ ਹੋ ਗਈਆਂ ਸੀ ਥਿਨ ਹੋ ਗਈਆਂ ਸੀ ਕਿ ਉਹ ਜਦੋਂ ਇਹ ਬਰਡ ਐਗ ਲੇ ਕਰਦਾ ਸੀਗਾ ਜਦੋਂ ਐਗ ਲੇ ਕਰਦਾ ਸੀ ਐਗ ਨੀਚੇ गिरਦਾ ਸੀ ਤਾਂ ਉਹਦੇ ਨਾਲ ਹੀ ਟੁੱਟ ਜਾਂਦਾ ਸੀ ਐਕਸੈਸਿਵ ਹੰਟਿੰਗ ਹੋਈ ਨਾਲ ਇਹ ਵਾਲਾ ਕਾਰਨ ਬਣਿਆ ਜਿਹਦੇ ਕਰਕੇ ਇਹਦੀ ਜਿਹੜੀ ਸੀਗੀ ਗਿਣਤੀ ਸੀ ਐਸ ਅਰਥ ਦੇ ਉੱਪਰੋਂ ਘਟਦੀ ਗਈ ਔਰ ਹੌਲੀ ਹੌਲੀ ਇਹ ਜਿਹੜਾ ਮੋਰਸ਼ੀਅਸ ਦੀ ਲੈਂਡ ਦੇ ਉੱਪਰੋਂ ਇਹ ਅਲੋਪ ਹੀ ਹੋ ਗਿਆ ਪ੍ਰੈਜ਼ੈਂਟਲੀ 12% ਆਫ 올 ਬਰਡ ਸਪੀਸੀਜ਼ 23% ਆਫ 올 ਮੈਮਲ ਸਪੀਸੀਜ਼ 32% ऑफ ऑल एम्फीबियन स्पीशीज एंड 31% ऑफ ऑल जिम्नोस्पर्म्स नॉन फ्लावरिंग प्लांट्स दे वर्ड्स इन द बर्ड फेस द थ्रेट ऑफ एक्सट्रक्शन ਉਹਨਾਂ ਨੂੰ ਅੱਜ ਖਤਰਾ ਹੈਗਾ ਇੰਨੀਆਂ ਜ਼ਿਆਦਾ ਸਪੀਸੀਜ਼ ਦਾ ਇਹ ਸਾਰਾ ਡਾਟਾ ਸਾਡੀ ਟੈਕਸਟ ਬੁੱਕ ਦੇ ਵਿੱਚ ਨਿਕਲ ਮੌਜੂਦ ਹੈਗਾ اور ਤੁਹਾਡੇ ਜੋ ਮਲਟੀਪਲ ਦੇ ਕੁਐਸਚਨਸ ਆਗੇ ਪਾਸ ਦੇ ਜੋ ਕੁਐਸਚਨ ਹੈਗੇ ਉਹਨਾਂ ਦੇ ਵਿੱਚ ਇਹ ਕੁਐਸਚਨਸ ਆ ਸਕਦੇ ਹੈਗੇ ਸੋ ਇਸ ਵਲ ਧਿਆਨ ਦੇਣ ਦੀ ਜ਼ਰੂਰਤ ਹੈਗੀ ਹੈਗੀ ਫਿਰ ਕੀ ਕਾਰਨ ਹੈਗੇ ਕਿਹੜੇ ਕਿਹੜੀਆਂ ਥ੍ਰੈਟਸ ਹੈਗੀਆਂ ਜਿਹਦੇ ਕਰਕੇ ਬਾਇਓਡਾਇਵਰਸਿਟੀ ਦਾ ਲਾਸ ਹੋ ਰਿਹਾ ਹੈਗਾ ਮੇਨ ਰੀਜ਼ਨ ਫਾਰ ਦਾ ਲਾਰਜ ਸਕੇਲ ਲਾਸ ਆਫ ਬਾਇਓਡਾਇਵਰਸਿਟੀ ਇਜ਼ ਹਿਊਮਨ ਐਕਟੀਵਿਟੀਜ਼ ਅਸੀਂ ਪਹਿਲਾਂ ਵੀ ਗੱਲ ਕਰ ਚੁੱਕੇ ਹਾਂਗੇ ਕਿ ਜ਼ਿਆਦਾਤਰ ਜਿਹੜਾ ਮੇਜਰ ਰੋਲ ਹੈਗਾ ਐਕਸਟਿੰਕਸ਼ਨ ਦੇ ਵਿੱਚ ਡਾਈਵਰਸਿਟੀ ਦੇ ਐਕਸਟਿੰਕਸ਼ਨ ਦੇ ਵਿੱਚ ਉਹ ਹਿਊਮਨ ਐਕਟੀਵਿਟੀਜ਼ ਹੈਗੀਆਂ ਸਾਡੇ ਕੋਲ ਚਾਰ ਮੇਜਰ ਰੀਜ਼ਨਸ ਹੈਗੇ ਜਿਹੜੇ ਕਿ ਦੇ ਆਰ ਰਿਸਪੌਂਸੀਬਲ ਫਾਰ ਦਾ loss of biodiversity that is called the, the evil quartet theek hai eh char nu si study karange jide ki sanu clear cut sanu dassange ki biodiversity da loss inna da prabhav kive hai ga jive pehla ga habitat loss and fragmentation second ga over exploitation tisra ga alien species invasions te chautha ga co extinction hun asi inna points nu 1 by 1 ਕਰਕੇ ਡਿਸਕਸ ਕਰ ਦੇਾਂਗੇ ਕਿ ਕਿਸ ਤਰ੍ਹਾਂ ਇਹਨਾਂ ਨੇ ਬਾਇਓਡਾਇਵਰਸਿਟੀ ਦਾ ਲਾਸ ਕੀਤਾ ਕਿਸ ਤਰ੍ਹਾਂ ਉਸ ਨੂੰ ਪ੍ਰਭਾਵਿਤ ਕੀਤਾ ਹੈਗਾ ਪਹਿਲਾ ਅਸੀਂ ਕਰਦੇ ਹੈਬਿਟੇਟ ਲਾਸ ਹੈਬਿਟੇਟ ਲਾਸ ਹੁੰਦਾ ਕੀ ਹੈ ਇਟ ਇਸ ਅ ਪ੍ਰੋਸੈਸ ਬਾਏ ਵਿਚ ਅ ਨੈਚੁਰਲ ਹੈਬਿਟੇਟ ਬਿਕਮਸ ਇਨਕੇਪेबल ਆਫ سپورਟਿੰਗ ਇਟਸ ਨੇਟਿਵ ਸਪੀਸੀਜ਼ ਉਹ ਪ੍ਰੋਸੈਸ ਹੈਗੀ ਜਿਹਦੇ ਨਾਲ ਹੀ ਕੋ ਕੁਦਰਤੀ ਜਿਹੜਾ ਨਿਵਾਸ ਸਥਾਨ ਹੈਗਾ ਉਹ ਉਥੇ ਰਹਿਣ ਵਾਲੀਆਂ ਨੇਟਿਵ ਸਪੀਸੀਜ਼ ਨੂੰ ਸਪੋਰਟ ਕਰਨ ਦੇ ਕਾਬਿਲ ਨਹੀਂ ਰਹਿੰਦਾਗਾ ਔਰ ਇਹ ਮੋਸਟ ਸੀਰੀਅਸ ਥ੍ਰੈਟ ਹੈਗੀ ਡਾਈਵਰਸਿਟੀ ਦੇ ਲਈ ਮੋਸਟ ਡਰਾਸਟਿਕ ਐਗਜ਼ਾਮਪਲ ਦਿੰਨਾ ਤੁਹਾਨੂੰ ਇੱਕ ਹੈਬਿਟੇਟ ਲਾਸ ਦੀ ਕਮ ਫਰਮ ਦਾ ਟ੍ਰੋਪੀਕਲ ਰੇਨ ਫੋਰੈਸ ਪਹਿਲਾਂ ਜਿਹੜਾ ਟ੍ਰੋਪੀਕਲ ਰੇਨ ਫੋਰੈਸ ਸੀਗੀ ਅਰਥ ਦੇ ਉੱਪਰ ਇਹਨਾਂ ਨੇ ਇਨ ਨੂੰ ਕਵਰ ਕਰ ਰੱਖਿਆ ਸੀ 14% ਆਫ ਅ ਸਰਫੇਸ ਪਰ ਉਹ ਜੰਗਲ ਇੰਨੇ ਘਟ ਗਏ ਉਹ ਚ ਡਾਈਵਰਸਿਟੀ ਇੰਨੀ ਜ਼ਿਆਦਾ ਘਟ ਗਈ ਕਿ ਹੁਣ ਇਸ ਵੇਲੇ ਆਪਣੇ ਕੋਲ ਉਹ 6% ਤੋਂ ਵੀ ਘੱਟ ਸਰਫੇਸ ਨੂੰ ਕਵਰ ਕਰਦੇ 14% ਤੋਂ ਰਿਡਿਊਸ ਹੋ ਕੇ 6% ਤੇ ਆ ਗਿਆ ਤਾਂ ਨੈਚੁਰਲੀ ਏਰੀਆ ਘਟਿਆ ਤਾਂ ਉਸ ਏਰੀਆ ਵਿੱਚ ਰਹਿਣ ਵਾਲੀਆਂ ਨੇ ਸਪੀਸੀਜ਼ ਹੈਗੀਆਂ ਉਹਨਾਂ ਦਾ ਨੰਬਰ ਵੀ ਪ੍ਰਭਾਵਿਤ ਹੋਇਆ ਹੋਵੇਗਾ ਉਹ ਨੰਬਰ ਇੰਨਾ ਘਟ ਗਿਆ ਕਿ ਉਹ ਆਰਗਨਿਜ਼ਮ ਜਿਹੜੇ ਸੀਗੇ ਉੱਥੇ ਉਹ ਅਲੋਪ ਹੋ ਗਏ ਅਨਦਰ ਲਾਸ ਹੋ ਗਿਆ ਇੱਕ ਹੋਰ ਐਗਜ਼ਾਮਪਲ ਹੈ ਕਿ ਐਮਾਜ਼ਨ ਰੇਨ ਫੋਰੈਸਟ ਬ੍ਰਾਜ਼ੀਲ ਦੇ ਵਿੱਚ ਹੈ ਐਮਾਜ਼ਨ ਨਦੀ ਦੇ ਕਿਨਾਰੇ ਦੇ ਉੱਪਰ ਜੋ ਫੋਰੈਸਟ ਹੈਗੇ ਉਹਨਾਂ ਦੀ ਗੱਲ ਕਰਦੇ ਉਹ ਇੰਨੇ ਜ਼ਿਆਦਾ ਸੰਘਨੇ ਸੀਗੇ ਕਿ ਇੰਨੇ ਜ਼ਿਆਦਾ ਆਕਸੀਜਨ ਛੱਡਦੇ ਸੀਗੇ ਕਿ ਅਸੀਂ ਉਸ ਨੂੰ ਲੰਗਸ ਆਫ ਪਲਾਨਟ ਕਹਿੰਦੇ ਹੈਗੇ ਇਟਸ ਆਲਸੋ ਅ ਮਲਟੀਪਲ ਕੁਸਚਨ ਵੈਰੀ ਇੰਪੋਰਟੈਂਟ ਕੁਸਚਨ ठीक है व्हिच फॉरेस्ट आर नोन एज द लंग्स ऑफ प्लैनेट Amazon rain forest अस येस नु कटया किस लिए कट कीता फॉर कल्टीवेटिंग सोया बीन्स सोयाबीन दी फसल लैंड दे लिए अस नु कट के खेत बना ले जो नेचुरल फॉरेस्ट सीगे और फॉर द ग्रासलैंड्स फॉर द बीफ कैटल्स अस ये दे ग्रासलैंड्स डेवलप कीतीया ताकि कैटल्स नु फूड मिल सके और वो कैटल तो सी मास बीफ फ्लेच ले लिए ਲੈਸ ਕਿ ਤਾਂ ਇਹ ਦੋ ਪਰਪਸ ਦੇ ਲਈ ਅਸੀਂ ਉਸ ਨੂੰ ਆਪਣੇ ਅਪ ਨੂੰ ਅਸੀਂ ਉਹਨਾਂ ਨੂੰ ਮੈਨੀਪੂਲੇਟ ਕੀਤਾ ਪਰ ਉਹ ਜਿਹੜਾ ਰੇਨਫੋਰੈਸਟ ਸੀਗਾ ਅਸੀਂ ਉਸ ਨੂੰ ਕੱਟ ਕਰਕੇ ਛੋਟਾ ਕਰਤਾ ਤੇ ਉਹਦੇ ਵਿੱਚ ਲੀਆਂ ਰਹਿਣ ਵਾਲੀਆਂ ਨੇ ਸਪੀਸੀਸ ਸੀਗੀਆਂ ਉਹ ਹੌਲੀ-ਹੌਲੀ ਉਹਨਾਂ ਦਾ ਜਿਹੜਾ ਹੈਬੀਟੇਟ ਸੀਗਾ ਲਾਸਟ ਹੋ ਗਿਆ ਤੇ ਹੌਲੀ-ਹੌਲੀ ਇੱਥੋਂ ਕੀ ਹੋ ਗਿਆ ਉਹ ਖਤਮ ਹੋ ਗਈਆਂ ਅਲੋਪ ਹੋ ਗਈਆਂ ਐਕਸਟਿੰਕਟ ਹੋ ਗਈਆਂ ਹੋਰ ਹੈਬੀਟੇਟ ਲਾਸ ਦੇ ਕੀ ਕੀ ਕਾਰਨ ਹੈ ਪੋਲੂਸ਼ਨ ਕਰਕੇ ਪਲਾਂਟਸ ਗਰੋ ਨਹੀਂ ਕਰ ਪਾਉਂਦੇ ਐਨੀਮਲਸ ਉੱਥੇ ਪ੍ਰੋਪਰਲੀ ਰਹਿ ਨਹੀਂ ਪਾਉਂਦੇ ਮੰਨ ਲਓ ਕੋਈ ਅਕੁਆਟਿਕ এনवायरमेंट ਦੇ ਵਿੱਚ ਕੋਈ ਆਰਗਨਿਜ਼ਮਸ ਰਹਿ ਰਹੇ ਐ ਔਰ ਉਸ ਪਾਣੀ ਦੇ ਵਿੱਚ ਕੀ ਹੋ ਗਿਆ ਪੋਲੂਸ਼ਨ ਹੋ ਗਿਆ ਥਰਮਲ ਪੋਲੂਸ਼ਨ ਹੋ ਗਿਆ ਕੁਝ ਐਡੀਸ਼ਨ ਹੋ ਗਈ ਤਾਂ ਉਹਦੇ ਨਾਲ ਕੀ ਹੋ ਗਿਆ ਉੱਥੋਂ ਦੇ ਜਿਹੜੀਆਂ ਸਪੀਸੀਜ਼ ਸੀਗੀਆਂ ਅਕੁਆਟਿਕ ਸਪੀਸੀਜ਼ ਸੀਗੀਆਂ ਉਹ ਪ੍ਰਭਾਵਿਤ ਹੋ ਗਈਆਂ ਤੇ ਜਿਹਦੇ ਕਰਕੇ ਕੀ ਹੋਇਆਗਾ ਉਹ ਹੌਲੀ ਹੌਲੀ ਲਾਸ ਹੋਣ ਲੱਗ ਗਿਆ ਡੀਫੋਰੈਸਟੇਸ਼ਨ ਡੀਫੋਰੈਸਟੇਸ਼ਨ ਦਾ ਮਤਲਬ ਕਿ ਅਸੀਂ ਜੰਗਲਾਂ ਦੀ ਕਟਾਈ ਕਰਦੇ ਕਿਸੇ ਵੀ ਕਾਰਨ ਕਰਕੇ ਅਸੀਂ ਉਹਨੂੰ ਕਟਾਈ ਕੀਤੀ ਤਾਂ ਉਸ ਜੰਗਲ ਦੇ ਵਿੱਚ ਜੋ ਪਲਾਂਟ ਸੀਗੇ ਔਰ ਉਹਨਾਂ ਪਲਾਂਟ ਦੇ ਉੱਪਰ ਰਹਿਣ ਵਾਲੇ ਜੋ ਆਰਗਨਿਜ਼ਮਸ ਸੀਗੇ ਉਹਨਾਂ ਦਾ ਹੈਬਿਟੇਟ ਲਾਸਟ ਹੋ ਗਿਆ ਸੋਇਲ ਏਰੋਜ਼ਨ ਸੋਇਲ ਦੇ ਵਿੱਚ ਰਹਿਣ ਵਾਲੇ ਆਰਗਨਿਜ਼ਮ ਦੀ ਸੋਇਲ ਏਰੋਜ਼ਨ ਕਰਕੇ ਹੈਬਿਟੇਟ ਲਾਸਟ ਹੋ ਗਿਆ ਅਸੀਂ ਕੋਈ ਡਿਵੈਲਪਮੈਂਟਲ ਵਰਕ ਕੀਤੇ ਮੰਨ ਲਓ ਅਸੀਂ ਕਿਸੇ ਜੰਗਲ ਦੇ ਵਿੱਚ ਦੀ ਅਸੀਂ ਇੱਕ ਸੜਕ ਕੱਢਤੀ ਫੋਰ ਲਾਈਨ ਸੜਕ ਬਣ ਗਈ ਕਾਫੀ ਟੋੜੀ ਸਾਰੀ ਸੜਕ ਆ ਗਈ ਤਾਂ ਹੈਬਿਟੇਟ ਜਿਹੜੇ ਸੀਗੇ ਉਹਨੇ ਕਾਲ ਡਿਸਰਬ ਹੋ ਗਈ ਜੋ ਆਰਗਨਿਜ਼ਮ ਪਹਿਲਾਂ ਇੱਧਰ ਉੱਧਰ ਫ੍ਰੀਲੀ ਮੂਵ ਕਰਦੇ ਸੀਗੇ ਉਹ ਹੁਣ ਮੂਵ ਕਰਨਾ ਬੰਦ ਕਰਤਾ ਓਵਰ ਗਰੇਜ਼ਿੰਗ ਜਿਆਦਾ ਸੀ ਖਾ ਚਰਾਇਆ ਤਾਂ ਸਪੀਸੀਜ਼ ਖਤਮ ਹੋ ਗਈਆਂ ਇਨਕਰੀਜ਼ਿੰਗ ਅਰਬਨਾਈਜ਼ੇਸ਼ਨ ਸ਼ਹਿਰਾਂ ਦਾ ਜਿਆਦਾ ਸ਼ਹਿਰੀਕਰਨ ਕਹਿ ਲਓ ਆਪਣੇ ਕੋਲੇ ਵਰਡ ਉੱਪਰ ਪ੍ਰੋਪਰ ਵਰਡ ਸ਼ਹਿਰੀਕਰਨ ਕਹੇ ਤੇ ਯੂਜ਼ ਕਰਾਂਗੇ ਕਿ ਜਿਆਦਾ ਸ਼ਹਿਰੀਕਰਨ ਕਰਕੇ ਲੋਕ ਮੂਵ ਕਰੇ ਠੀਕ ਹੈ ਮਾਈਗ੍ਰੇਟ ਕੀਤੇ ਪਿੰਨਾ ਤੋਂ ਨੈਚੁਰਲ এনवायरमेंट ਤੋਂ ਆਰਟੀਫੀਸ਼ੀਅਲ ਮਾਹੌਲਨ ਸ਼ਹਿਰਾਂ ਦੇ ਵਿੱਚ ਔਰ ਉਹਨਾਂ ਨੂੰ ਸ਼ਹਿਰਾਂ ਨੂੰ ਬਣਾਉਣ ਦੇ ਲਈ ਸਾਨੂੰ ਜ਼ਿਆਦਾ ਜਗ੍ਹਾ ਦੀ ਲੋੜ ਪਈ ਜ਼ਿਆਦਾ ਜ਼ਮੀਨ ਦੀ ਲੋੜ ਪਈ ਔਰ ਉਹ ਜ਼ਮੀਨ ਅਸੀਂ ਕਿੱਥੋਂ ਲੱਤੀ ਜੰਗਲਾਂ ਦੀ ਕਟਾਈ ਕਰਕੇ ਉਹਨਾਂ ਦੀ ਸਫਾਈ ਕਰਕੇ ਤੇ ਉਹਦੇ ਨਾਲ ਕੀ ਹੋਇਆ ਜਿਹੜੀਆਂ ਸਪੀਸੀਜ਼ ਸੀਗੀਆਂ ਉਹਨਾਂ ਦਾ ਹੈਬਿਟੇਟ ਲਾਸ ਹੋ ਗਿਆ ਔਰ ਹੈਬਿਟੇਟ ਲਾਸ ਹੋਣ ਕਰਕੇ ਉਸ ਪੀਸ ਜੋਥੇ ਪ੍ਰੋਪਰਲੀ ਗਰੋ ਨਹੀਂ ਕਰ ਪਈਆਂ ਰਹਿ ਨਹੀਂ ਪਈਆਂ ਸਰਵਾਈਵ ਨਹੀਂ ਕਰ ਪਈਆਂ ਔਰ ਅਲਟੀਮੇਟਲੀ ਉਹਨਾਂ ਦਾ ਇਥੋਂ ਲਾਸ ਹੋ ਗਿਆ ਫ੍ਰੈਗਮੈਂਟੇਸ਼ਨ ਇਹ ਵੀ ਹੈਬਿਟੇਟ ਲਾਸ ਲਾਸ ਦਾ ਇੱਕ 파ਟ ਹੈਗਾ ਇਹ ਉਹ ਪ੍ਰੋਸੈਸ ਹੈਗੇ ਜਦੋਂ ਅਸੀਂ ਹੈਬਿਟੇਟ ਨੂੰ ਰਿਡਿਊਸ ਕਰਤਾ ਇਨਟੂ ਸਮਾਲਰ ਐਂਡ ਸਕੈਟਰਡ ਏਰੀਆਜ਼ ਜਿਵੇਂ ਹੁਣ ਆਪਾਂ ਗੱਲ ਕਰ ਰਹੇ ਸੀਗੇ ਕਿ ਇੱਕ ਡਿਵੈਲਪਮੈਂਟਲ ਵਰਕ ਹੋਇਆ ਜੰਗਲ ਦੇ ਵਿੱਚਕਾਰ ਦੀ ਅਸੀਂ ਕੀ ਕੀਤਾ ਇੱਕ ਸੜਕ ਨਿਕਾਲਤੀ ਤੇ ਜਿਹੜੇ ਵੱਡੇ ਐਨੀਮਲਸ ਪਹਿਲਾਂ ਪੂਰੇ ਜੰਗਲ ਦੇ ਵਿੱਚ ਵਿਚਰ ਰਹੇ ਸੀਗੇ ਹੁਣ ਉਹ ਸੜਕ ਦੇ ਕਿਨਾਰੇ ਦੇ ਵਿੱਚ ਰਹਿ ਗਏ ਇੱਕ ਪਾਸੇ ਰਹਿ ਗਏ ਸੜਕ ਦੇ ਇੱਕ ਪਾਸੇ ਰਹਿ ਗਏ ਉਹਨਾਂ ਨੂੰ ਟ੍ਰੈਫਿਕ ਹੋਣ ਕਰਕੇ ਜਾਂ ਹੋਰ ਡਿਸਟਰਬੈਂਸ ਹੋਣ ਕਰਕੇ ਉਹਨਾਂ ਨੂੰ ਕ੍ਰਾਸ ਨਹੀਂ ਕਰ ਪਾਏ ਤਾਂ ਉਹਨਾਂ ਦਾ ਜਿਹੜਾ ਹੈਬਿਟੇਟ ਸੀਗਾ ਛੋਟਾ ਹੋ ਗਿਆ ਐਲੀਫੈਂਟ অর ਲਾਇਨਸ ਵਰਗੇ ਜਿਹੜੇ ਬਿਗਰ ਐਨੀਮਲਸ ਆ ਉਹਨਾਂ ਨੂੰ ਸਰਵਾਈਵ ਕਰਨ ਦੇ ਲਈ ਜ਼ਿਆਦਾ ਵੱਡੀਆਂ ਸਥਾਨਾਂ ਦੀ ਜ਼ਰੂਰਤ ਪੈਂਦੀ ਹੈਗੀ ਪਰ ਡਿਵੈਲਪਮੈਂਟਲ ਵਰਕ ਕਰਕੇ ਉਹ ਉਹਨਾਂ ਦੇ ਸਥਾਨ ਜਿਹੜੇ ਕਿ ਛੋਟੇ ਹੋ ਗਏ ਸਕੈਟਰਡ ਹੋ ਗਏ ਕਿ ਤੋਂ ਡਿਫਰੈਂਟ ਹੋ ਗਏ ਵੱਖਰੇ ਹੋ ਗਏ ਦੂਰ ਹੋ ਗਏ ਮੂਵਮੈਂਟਸ ਉਹਨਾਂ ਦੀ ਘਟ ਗਈਆਂ that ultimately ਉਹਨਾਂ ਦੀ ਗਿਣਤੀ ਘਟਨੀ ਸ਼ੁਰੂ ਹੋ ਗਈ ਐਂਡ ultimatly ਕਿ ਉਹ ਗਿਆ ਹੋ ਖਤਮ ਹੋ ਗਿਆ ਤਾਂ ਉਹ ਐਕਸਟਿੰਕ ਹੋ ਗਏ ਲੌਸਟ ਹੋ ਗਏ ਇਹਦੇ ਹੋਰ ਐਗਜ਼ਾਮਪਲ ਅਸੀਂ ਕਰ ਸਕਦੇ ਆ ਕਿ ਅਸੀਂ ਹਿਊਮਨ ਬੀਇੰਗਸ ਐਨ ਆ ਸੈਲਫਿਸ਼ ਐ ਨੈਚੁਰਲ এনਵਾਇਰਨਮੈਂਟ ਲੈਣ ਦੇ ਲਈ ਅਸੀਂ ਜੰਗਲਾਂ 'ਚ ਰਿਜ਼ੋਰਟ ਬਣਾ ਰਹੇ ਹਾਂ ਰਿਜ਼ੋਰਟਸ ਦੇ ਬਣਾਉਣ ਦੇ ਲਈ ਜੰਗਲਾਂ ਨੂੰ ਵਿਚਕਾਰੋਂ ਸਾਫ਼ ਕੀਤਾ ਅਸੀਂ ਉੱਥੇ ਬਿਲਡਿੰਗਸ ਬਣਾਈਆਂ ਠੀਕ ਹੈ ਮਾਈਗਰੇਟ ਵਰਡ ਜਿਹੜੇ ਆ ਰਹੇ ਸੀਗੇ ਬਾਹਲੇ ਫੋਰਨ ਕੰਟਰੀ ਦੇ ਵਿੱਚੋਂ ਉਹਨਾਂ ਦਾ ਜਿਹੜਾ ਰੂਟ ਸੀ ਉਹ ਡਾਈਵਰਟ ਹੋ ਗਿਆ ਉਹ ਕਿਉਂਕਿ ਹਰ ਆਰਗਨਿਜ਼ਮ ਆਫ ਦੀ ਸੇਫਟੀ ਦੇ ਲਈ ਐਕਟੀਵਿਟੀਜ਼ ਦਾ ਹਿਮਨ ਐਕਟੀਵਿਟੀ ਤੋਂ ਦੂਰ ਦੀ ਜਾਣਾ ਚਾਹੁੰਦਾ ਹੈਗਾ ਤਾਂ ਜਦੋਂ ਉਹਨਾਂ ਨੂੰ ਪ੍ਰੋਪਰ ਰੂਟ ਨਹੀਂ ਮਿਲਦਾ ਉਹਨਾਂ ਦਾ ਹੈਬਿਟੇਟ ਲਾਸ ਹੋ ਜਾਂਦਾ ਹੈਗਾ ਤਾਂ ਜਲਦੀ ਜਲਦੀ ਫਿਰ ਉਹ ਸਰਵਾਈਵ ਨਹੀਂ ਕਰਦੇ ਉਹ ਹੌਲੀ ਹੌਲੀ ਕੀ ਕਰਦੇ ਆਗੇ ਉਹਨਾਂ ਦੀ ਗਿਣਤੀ ਘੱਟਦੀ ਜਾਂਦੀ ਹੈ ਔਰ ਉਹ ਇੱਥੋਂ ਲਾਸਟ ਹੋ ਜਾਂਦੇ ਆ ਖਤਮ ਹੋ ਜਾਂਦੇ ਆ ਉਹ ਸਾਨੂੰ ਸਪੀਸੀਜ਼ ਇੱਥੇ ਐਕਸਟਿੰਕਟ ਹੋ ਜਾਂਦੇ ਹਨ ਫਰੈਗਮੈਂਟੇਸ਼ਨ ਦਾ ਇਫੈਕਟ ਆਪਾਂ ਹੁਣੇ ਗੱਲ ਕਰ ਚੁੱਕੇ ਆ ਪਹਿਲਾਂ ਹੀ ਕਿ ਨਵੀਆਂ ਰੋਡਸ ਕੀ ਕਰਦੀਆਂ ਬਲੌਕ ਕਰਦੀਆਂ ਮੂਵਮੈਂਟਸ ਆਫ ਸਮਾਲ ਐਨੀਮਲਸ ਵੱਡੇ ਐਨੀਮਲਸ ਨੂੰ ਐਕਸਪੋਜ਼ ਕਰ ਦਿੰਦੀਆਂ ਤਾਂ ਕਿ ਉਹਨਾਂ ਦੇ ਉੱਪਰ ਹੈਵੀ ਹੰਟਿੰਗ ਦਾ ਪ੍ਰੈਸ਼ਰ ਬਣ ਜਾਂਦਾ ਹੈਗਾ ਪੋਚਿੰਗ ਦਾ ਪ੍ਰੈਸ਼ਰ ਬਣ ਜਾਂਦਾ ਹੈ ਤੇ ਉਹ ਸ਼ਿਕਾਰ ਜਲਦੀ ਹੋ ਜਾਂਦੇ ਹੈਗੇ ਕਿਉਂਕਿ ਉਹ ਦਿਖਾਈ ਦੇਣ ਸ਼ੁਰੂ ਹੋ ਜਾਂਦੇ ਐਕਸਪੋਜ਼ ਹੋਣਾ ਸ਼ੁਰੂ ਹੋ ਜਾਂਦੇ ਬੈਰੀਅਰਸ ਕ੍ਰੀਏਟ ਹੋ ਜਾਂਦੇ ਹੈਗੇ ਜਿਹੜੇ ਕਿ ਕਿਸੇ ਸਪੀਸੀਜ਼ ਦੀ ਦਾ ਪੋਟੈਂਸ਼ੀਅਲ ਜਿਹੜਾ ਸੀ ਪ੍ਰੋਪਰ ਡਿਸਪਰਸਲ ਦਾ ਉਹਨੂੰ ਘਟਾ ਦਿੰਦੇ ਆ ਲਿਮਟ ਕਰ ਦਿੰਦੇ ਆ ਔਰ ਸਪੀਸੀਜ਼ ਬਿਕਮ ਮੋਰ ਵਲਨੇਬਲ ਟੂ ਦਾ ਪ੍ਰੇਡੇਟਰਸ ਸ਼ਿਕਾਰਾਂ ਜਿਹੜੇ ਸ਼ਿਕਾਰ ਆ ਉਹ ਸ਼ਿਕਾਰੀਆਂ ਦੇ ਨਜ਼ਰ ਚ ਆ ਜਾਂਦੇ ਖੇਤਰ ਚ ਆ ਜਾਂਦੇ इजीली ਉਹਨਾਂ ਦਾ ਸ਼ਿਕਾਰ ਹੋਣਾ ਸ਼ੁਰੂ ਹੋ ਜਾਂਦਾ ਹੈਗਾ ਇਸੇ ਦਾ ਫਸਟ ਪੁਆਇੰਟ ਹੁਣ ਸੈਕੰਡ ਪੁਆਇੰਟ ਆ ਓਵਰ ਐਕਸਪਲੋਰੇਸ਼ਨ human beings ਪੰਜਾਬੀ ਦੇ ਵਿੱਚ ਕਹਾਵਤ ਹੈ ਬਟਾ ਅਸੀਂ ਰੋਟੀ ਕਪੜਾ ਮਕਾਨ ਸਾਡੀਆਂ ਬੇਸਿਕ ਜ਼ਰੂਰਤਾਂ ਹੈਗੀਆਂ ਔਰ ਇਹ ਬੇਸਿਕ ਜ਼ਰੂਰਤਾਂ ਸੀ ਕਿੱਥੋਂ ਪੂਰੀਆਂ ਕਰਦੀਆਂ ਕੁਦਰਤ ਤੋਂ ਪੂਰੇ ਕਰਦੇ ਹੈਗੇ humans have always dependent on nature for food and shelter but when need turns into greed ਜਦੋਂ ਸਾਡੀ ਜ਼ਰੂਰਤ ਸਾਡੇ ਲਾਲਚ ਦੇ ਵਿੱਚ ਬਦਲ ਜਾਵੇ ਇਟ ਲੀਡਸ ਟੂ ਓਵਰ ਐਕਸਪਲੋਟੇਸ਼ਨ ਆਫ ਨੇਚਰ ਰਿਸੋਰਸਸ ਤਾਂ ਅਸੀਂ ਉਸ ਲਾਲਚ ਦੇ ਵਸ਼ ਵਿੱਚ ਹੋ ਕੇ ਅਸੀਂ ਸਾਡੇ ਕੁਦਰਤੀ ਜਿਹੜੇ ਰਿਸੋਰਸਸ ਹੈਗੇਗੇ ਉਹਨਾਂ ਦੀ ਅਸੀਂ ਵੱਧ ਵਰਤੋਂ ਕਰਨਾ ਸ਼ੁਰੂ ਕਰ ਦਿੰਦੇ ਹਾਂ ਲੋੜ ਤੋਂ ਵੱਧ ਵਰਤੋਂ ਕਰਨਾ ਸ਼ੁਰੂ ਕਰ ਦਿੰਦੇ ਹਾਂ ਕੁਦਰਤ ਉਸ ਲੋੜ ਤੋਂ ਵੱਧ ਵਰਤੇ ਹੋਏ ਰਿਸੋਰਸ ਦੀ ਰਿਪਲੈਨਿਸ਼ਮੈਂਟ ਉਹਦੀ ਪੂਰਤੀ ਨਹੀਂ ਕਰ ਪਾਂਦੀ ਤਾਂ ਉਸ ਘਾਟ ਕਰਕੇ ਇਹਨਾਂ ਸਪੀਸੀਸ ਹੈਗੇ ਆਂ ਉਹ ਲਾਸਟ ਹੋ ਜਾਂਦੀਆਂ ਜਿਸ ਤਰ੍ਹਾਂ ਆਪਾਂ ਐਗਜ਼ਾਮਪਲ ਦਿੰਨੇ ਕਿਸੇ ਫੂਡ ਚੇਨ ਦੀ ਗੱਲ ਕਰੀਏ ਜਾਂ ਫੂਡ ਵੈੱਬ ਦੀ ਗੱਲ ਕਰੀਏ ਤਾਂ ਜਦ ਬਿਕੋਜ਼ ਆਫ ਦਾ ਲਾਸ ਆਫ ਦਾ ਟਾਪ ਪ੍ਰੇਡੇਟਰ ਮੰਨ ਲਓ ਟਾਪ ਪ੍ਰੇਡੇਟਰ ਸਾਡੇ ਕੋਲ ਖਤਮ ਹੋ ਗਿਆ ਉਹਦੀ ਜਿਹੜੀ ਜਨਸੰਖਿਆ ਘਟ ਗਈ ਤਾਂ ਡਰਾਸਟਿਕ ਚੇਂजेस ਆਣਗੀਆਂ ਪ੍ਰੇ ਦੀ ਸਪੀਸੀਸ ਦੇ ਵਿੱਚ ਜੇ ਸ਼ਿਕਾਰ ਹੈਗੇ ਸ਼ਿਕਾਰੀ ਘਟ ਗਏ ਤਾਂ ਸ਼ਿਕਾਰਾਂ ਦੀ ਗਿਣਤੀ ਜਿਹੜੀ ਹੈਗੀ ਆਪਣੇ ਕੋਲ ਬਹੁਤ ਜ਼ਿਆਦਾ ਵੱਧ ਜਾਊਗੀ ਉਹ ਇੰਨੀ ਜ਼ਿਆਦਾ ਵੱਧ ਜਾਊਗੀ ਕਿ ਉਹ ਫੂਡ ਰਿਸੋਰਸਸ ਨੂੰ ਇੰਨਾ ਓਵਰ ਐਕਸਪਲੋਇਟ ਕਰਨਾ ਸ਼ੁਰੂ ਕਰ ਦਣਗੇ ਹੁਣ ਜਦੋਂ ਓਵਰ ਐਕਸਪਲੋਇਟ ਕਰਨਾ ਸ਼ੁਰੂ ਕਰਤਾ ਉਹਨਾਂ ਦੀ ਗਿਣਤੀ ਜ਼ਿਆਦਾ ਆ ਗਈ ਫੂਡ ਦੀ ਮਾਤਰਾ ਘਟ ਗਈ ਤਾਂ ਉਹਦੇ ਪਾਪੂਲੇਸ਼ਨ ਦਾ ਨੰਬਰ ਵਾਣਾ ਜ਼ਿਆਦਾ ਡਿਨਲ ਹੋ ਜਾਏਗਾ ਇੰਨਾ ਜ਼ਿਆਦਾ ਘਟ ਜੂਗਾ ਕਿ ਉਹ ਐਕਸਟਿੰਕਸ਼ਨ ਦੇ ਪੁਆਇੰਟ ਤੱਕ ਆ ਜਾਏਗਾ ਤਾਂ ਜੀ ਪਾਪੂਲੇਸ਼ਨ ਹੈ ਉਹ ਖਤਮ ਹੋਣਾ ਸ਼ੁਰੂ ਹੋ ਜੀਏ অর ਅਲਟੀਮੇਟਲੀ ਐਸ ਤਰਤੀ ਤੋਂ ਐਸਰ ਤੋਂ ਐਕਸਟਿੰਕਟ ਹੋ ਜਾਏਗੀ ਖਤਮ ਹੋ ਜਾਏਗੀ ਇਹਦੀ ਐਗਜ਼ਾਮਪਲ ਸਟੈਲਰਸ ਸੀ ਕੋ ਰਸ਼ੀਆ ਦੇ ਵਿੱਚ ਇੱਕ ਫਿਸ਼ ਸੀਗਾ ਸਾਈਜ਼ ਵੱਡਾ ਸੀਗਾ ਜਿਹੜੇ ਮਛੇਰੇ ਸੀਗੇ ਫਿਸ਼ਰਮੈਨ ਸੀ ਉਹ ਇਹਦਾ ਸ਼ਿਕਾਰ ਕਰਨ ਲੱਗੇ ਇਹਨੂੰ ਪਕੜਨ ਲੱਗੇ ਜਿਆਦਾ ਪੈਸੇ ਮਿਲਣ ਲੱਗੇ ਫੂਡ ਰਿਕੁਆਇਰਮੈਂਟ ਜਿਆਦਾ ਪੂਰੀਆਂ ਹੋਣ ਲੱਗੀਆਂ ਤੇ ਤੋਂ ਤੇ ਉਹਨਾਂ ਨੇ ਇਹਦਾ ਇੰਨਾ ਜਿਆਦਾ ਸ਼ਿਕਾਰ ਕੀਤਾ ਇੰਨਾ ਜਿਆਦਾ ਇਹਨਾਂ ਨੂੰ ਪਕੜਿਆ ਕੀ ਹੌਲੀ ਹੌਲੀ ਕੀ ਹੋ ਗਿਆ ਨਾ ਦੀ ਗਿੰਦੀ ਖਤਮ ਹੋ ਗਈ ਔਰ ਇਹ ਰਸ਼ੀਆ ਦੇ ਵਿੱਚੋਂ ਖਤਮ ਹੀ ਹੋ ਗਈਆਂ ਸਟੈਲਰਸ ਸੀਕਾਓ ਤੁਸੀਂ ਇਹਨਾਂ ਦੇਖ ਸਕਦੇ ਹੋ ਕਿ ਕੁਝ ਡਾਇਗ੍ਰਾਮ ਦੇ ਵਿੱਚ ਪਿਕਚਰ ਦੇ ਵਿੱਚ ਜਿਹੜੇ ਫਿਸ਼ਰਮੈਨਸ ਆਗੇ ਉਹ ਇਹਨੂੰ ਪਕੜ ਰਹੇ ਹੈਗੇ ਅਸੀਂ ਗੱਲ ਕਰਦੇ ਹਾਂਗੇ ਥਰਡ ਪੁਆਇੰਟ ਦੀ ਥੈਟ ਇਜ਼ ਦਾ ਐਲੀਅਨ ਸਪੀਸੀਜ਼ ਇਨਵੇਸ਼ਨਸ ਜਦੋਂ ਕਿਸੇ ਵੀ ਇਕੋਸਿਸਟਮ ਦੇ ਵਿੱਚ ਕੋਈ ਅਸੀਂ ਦੂਸਰੇ ਇਕੋਸਿਸਟਮ ਤੋਂ ਕੋਈ ਸਪੀਸੀਜ਼ ਲੈ ਕੇ ਇੰਟਰੋਡਿਊਸ ਕਰ ਦਿੰਨੇ ਹਾਂਗੇ ਦਾ ਉਹ ਸਪੀਸੀਸ ਉਸ ਇਕੋਸਿਸਟਮ ਦਾ ਇੱਕ 파ਟ ਬਣ ਜਾਂਦੀ ਹੈ ਫੂਡ ਵੈਬ ਦਾ ਇੱਕ 파ਟ ਬਣ ਜਾਂਦੀ ਹੈ ਫੂਡ ਚੇਨ ਦਾ ਇੱਕ 파ਟ ਬਣ ਜਾਂਦੀ ਹੈ ਕਿਉਂਕਿ ਉਹ ਇੱਕ ਨਵੀਂ ਸਪੀਸੀਸ ਹੈਗੀ ਤਾਂ ਉਹ ਨਵੀਂ ਸਪੀਸੀਸ ਦਾ ਕੋਈ ਪ੍ਰੇਡੇਟਰ ਤਾਂ ਹੋਣਾ ਨਹੀਂ ਪਰ ਉਹ ਜਿਹੜੀ ਨਵੀਂ ਆਈ ਹੋਈ ਸਪੀਸੀਸ ਹੈ ਆਪਣਾ ਭੋਜਨ ਲੈਣ ਦੇ ਲਈ ਪ੍ਰੋਡਕਸ਼ਨ ਕਰੂਗੀ ਜਦੋਂ ਪ੍ਰੋਡਕਸ਼ਨ ਕਰੂਗੀ ਭੋਜਨ ਲੈ ਕੇ ਉਹ ਆਪ ਮਲਟੀਪਲੀਕੇਸ਼ਨ ਕਰੂਗੀ ਉਹਦੀ ਗਿਣਤੀ ਤਾਂ ਬਹੁਤ ਜ਼ਿਆਦਾ ਵੱਧ ਜਾਊਗੀ ਪਰ ਜਿਸ स्पीशीज तो वह अपना भोजन लै रही हैगी उस स्पीसीज पर प्रेसर जरा हो जूगा बध जूगा जो तो वो नंबर की होगा डिकलाइन होना शुरू शुरू हो जाऊगा और अल्टीमेटली कंप्लीट लॉस हो जाऊगा इनडिगनियस स्पीशीज़ का जी दे स्पीसी पूरी तूरी की हो जाएगी खत्म हो जाएगी यदि एग्जाम्पल है देखो एक कॉकरोच है अमेरिकन कॉकरोच है पैरी पलैन पलैनेटा एमेरिकना ਜਦੋਂ ਇੱਥੇ ਇੰਟਰਡਿਊਸ ਹੋਇਆ ਤਾਂ ਜਿਹੜੀ ਸਾਡੀ ਦੇਸੀ ਸਪੀਸੀਸ ਸੀਗੀ ਬਲੇਟਾ ओरिएंटਾਲਿਸ ओरिएंटਲ ਕਾਕਰੋਚ ਆਗੀ ਉਹਦੀ ਸਪੀਸੀਸ ਖਤਮ ਹੋ ਗਈ ਉਹ ਵੈਲ ਐਡਾਪਟਡ ਹੋ ਗਏ تھے ਲੇਕਿਨ ਇਹਦੇ ਨਾਲ ਕੀ ਹੋ ਗਿਆ ਸਾਡੀ ਇਸ ਸਪੀਸੀ ਦਾ ਲਾਸ ਹੋ ਗਿਆ ਇੱਕ ਹੋਰ ਐਗਜ਼ਾਮਪਲ ਹੈ ਨਾਈਲ ਪਰਚ ਨਾਈਲ ਨਦੀ ਦੇ ਵਿੱਚ ਮਿਲਣ ਵਾਲੀ ਇਹ ਇੱਕ ਵੱਡੀ ਮੱਛੀ ਸੀਗੀ ਫਿਸ਼ ਸੀਗੀ ਜਦੋਂ ਇਹ ਆਈ ਇੰਟਰਡਿਊਸ ਕੀਤਾ ਗਿਆ ਨੂੰ ਤੋ ਉਹਦੇ ਨਾਲ ਕੀ ਹੈ ਸਾਡੀਆਂ ਇਹਨੀਆਂ ਛੋਟੀਆਂ ਸਿਕਲਿਡ ਫਿਸ਼ਸ ਸੀਗੀਆਂ ਗਿਆ ਉਹਨਾਂ ਦੀ ਗਿਣਤੀ ਘਟਣਾ ਸ਼ੁਰੂ ਹੋ ਗਈ ਕਿਉਂਕਿ ਇਸ ਨੇ ਉਹਨੂੰ ਸ਼ਿਕਾਰ ਬਣਾਇਆ ਆਪਣਾ ਭੋਜਨ ਬਣਾਇਆ ਤੋ ਹੌਲੀ-ਹੌਲੀ ਕੀ ਹੋਇਆ ਗਿਆ ਜਿਹੜੀਆਂ ਸਿਕਲਿਡ ਫਿਸ਼ਸ ਸੀਗੀਆਂ ਉਹ ਇਥੋਂ ਅਲੋਪ ਹੋ ਗਈਆਂ ਖਤਮ ਹੋ ਗਈਆਂ ਇੱਕ ਪੈਰਾਸਾਈਟਿਕ ਪਲਾਂਟ ਹੈ ਲੈਂਟਾਨਾ ਕੈਮਰਾ ਬਿਊਟੀਫੁੱਲ ਫਲਾਅਰਸ ਆਦੇ ਪਰ ਜਿਸ ਹੋਸਟ ਪਲਾਂਟ ਦੇ ਉੱਪਰ ਇਹ ਪਲਾਂਟ ਗਰੋ ਕੀਤਾ ਕੰਪਲੀਟ ਪੈਰਾਸਾਈਟ ਸੀਗਾ ਇਹ ਤਾਂ ਉਹਨੇ ਉਸ ਪlant ਦੇ ਉੱਪਰ ਭੋਜਨ ਲੈ ਕੇ ਉਸ ਨੂੰ ਖਤਮ ਕਰਤਾ ਤੇ ਪੂਰੇ ਜੰਗਲ ਦੇ ਵਿੱਚ ਉਹ ਜਿਹੜੀਆਂ ਸਪੀਸੀਸ ਸੀਗੀਆਂ ਉਹ ਖਤਮ ਹੋ ਗਈਆਂ ਤੇ ਅ ਇਹ ਸਰਵਾਈਵ ਕਰਤਾ ਇੰਨਾ ਜ਼ਿਆਦਾ ਵੱਧ ਗਿਆ ਆ ਐਗਜ਼ਾਮਪਲ ਬੜੀ ਸਿੰਪਲ ਅਗੀ ਤੁਸੀਂ ਜਿੱਤੇ ਪਿਕਚਰ ਦੇਖ ਰਹੇ ਹੋਗੇ ਫੋਟੋ ਦੇਖ ਰਹੇ ਹੋਗੇ ਆਈ ਕਾਰਨੀਆ ਜਲਕੁੰਬੀ ਜਿੰਨੂੰ ਕਹਿੰਦੇ ਹੈਗੇ ਪਾਣੀ ਦੇ ਵਿੱਚ ਮਿਲਿਆ ਇੰਨੀ ਜ਼ਿਆਦਾ ਦੀ ਗਰੋਥ ਹੋਈ ਇਹ ਪੂਰੇ ਵਾਟਰ ਬੋਡੀ ਨੂੰ ਇਹਨੇ ਕਵਰ ਕਰ ਲਿਆ ਉੱਪਰਲੇ ਪਾਸਿਓਂ ਇੱਕ ਤਿਆ ਬਣ ਗਈ ਸਰਫੇਸ ਦੇ ਉੱਪਰ ਜਿਹਦੇ ਕਰਕੇ ਆਕਸੀਜਨ ਦਾ ਕੰਟੈਂਟ ਕੰਟੈਕਟ ਸੀਗਾ نیچے ਪਾਣੀ ਵਾਲੇ ਐਕੁਆਟਿਕ ਆਰਗਾਨਿਜ਼ਮ ਦਾ ਨਾਲ ਟੁੱਟ ਗਿਆ ਉਹਨਾਂ ਨੂੰ ਆਕਸੀਜਨ ਮਿਲਣਾ ਬੰਦ ਹੋ ਗਈ ਉਹ ਰੈਸਪਾਇਰ ਨਹੀਂ ਕਰ पाए ਤੇ ਅਲਟੀਮੇਟਲੀ ਉਹ ਖਤਮ ਹੋ ਗਏ ਔਰ ਸਾਡੇ ਲਈ ਇੱਕ ਨੌਨਸੈਂਸ ਬਣ ਗਈ ਬੜੀ ਮੁਸੀਬਤ ਬਣ ਗਈ ਜਲ ਕੁੰਬੇ ਜਿਹਨੂੰ ਅਸੀਂ ਆਈ ਕਾਰਨੀਆ ਕਹਿੰਦੇ ਹਾਂ ਪਾਰਥੀਨੀਅਮ ਕਾਂਗਰਸ ਦਾ ਕੈਰਟ ਗਰਾਸ ਜਿਹਨੂੰ ਕਹਿੰਨੇ ਤੁਸੀਂ ਆਮ ਹੀ ਤੁਸੀਂ ਦੇਖਿਆ ਉਹ ਬਟਾ ਨਦੀਆਂ ਦੇ ਨਹਿਰਾਂ ਦੇ ਕਨਾਲੇ ਤੇ ਉੱਪਰ ਸੜਕਾਂ ਦੇ ਕਨਾਲੇ ਉੱਪਰ ਇੰਨੀ ਜ਼ਿਆਦਾ ਇਹਦੀ ਗ੍ਰੋਥ ਹੋਈ ਹੈਗੀ ਕਿ ਸਾਨੂੰ ਹਰ ਪਾਸੇ ਇਹ ਘਾਹ ਦਿਖਾਈ ਦੇ ਰਿਹਾਗਾ ਔਰ ਇੱਕ ਵੀਡ ਹੈਗਾ ਇਹਦੇ ਨਾਲ ਕਿਉਂਕਿ ਇਹਨੇ ਉਸ ਅਰਥ ਦੇ ਉਸ ਪਾਰਟ ਦੇ ਉੱਪਰੋਂ ਨਿਊਟ੍ਰੀਐਂਟਸ ਨੂੰ ਵਾਟਰ ਅਬਜ਼ਰਬ ਕੀਤਾ ਜਿਹਦੇ ਕਰਕੇ ਨਾਲ ਦੇ ਕ੍ਰੌਪ ਪਲਾਂਟਸ ਨੂੰ ਇਨ ਨਿਊਟ੍ਰੀਐਂਟਸ ਦੀ ਕਮੀ ਹੋ ਗਈ ਵਾਟਰ ਦੀ ਕਮੀ ਹੋ ਗਈ ਠੀਕ ਹੈ ਉਹ ਗਰੋ ਨਹੀਂ ਕਰ ਪਾਇਆ ਪ੍ਰੋਪਰਲੀ ਤੇ ਹੌਲੀ ਹੌਲੀ ਕੀ ਹੋ ਗਿਆ ਆਪਣੀ ਸਾਡੇ ਨੇਟਿਵ ਸਪੀਸੀਜ਼ ਜਿਹੜੀਆਂ ਹੈਗੀਆਂ ਉਹ ਖਤਮ ਹੋ ਗਈਆਂ ਫੋਰਥ ਪੁਆਇੰਟ ਹੈ ਨਾ ਐਕਸਟਿੰਕਸ਼ਨ ਦੈਟ ਇਜ਼ ਅ ਕੋ ਐਕਸਟਿੰਕਸ਼ਨ ਜਦੋਂ ਕੋਈ ਇੱਕ ਸਪੀਸੀਜ਼ ਐਸ ਅਰਥੋ ਐਕਸਟਿੰਕਟ ਹੁੰਦੀ ਹੈ ਅਲੋਪ ਹੁੰਦੀ ਹੈ ਚਾਹੇ ਉਹ ਪlant ਹੈ ਚਾਹੇ ਉਹ ਐਨੀਮਲ ਹੈ ਪਰ ਉਹਦੇ ਨਾਲ ਜਿੰਨੇ ਵੀ ਐਸੋਸੀਏਟਡ प्लासे एनिमल्स हैं वो भी उत्तो क्या हो ਜਾਂਦੇ ਹੈਗੇ ਅਲੋਕ ਹੋ ਜਾਂਦੇ ਕੋਈ ਇਵੋਲਵ ਪlant ਪੋਲੀਨੇਟਰਸ ਕੁਝ ਪਲੈਂਟਸ ਤੇ ਪੋਲੀਨੇਟਰਸ ਇਹਦੇ ਕੁਝ ਪਲੈਂਟ ਪੋਲੀਨੇਟਰ ਇਹਦੇ ਜੋ ਪਲੈਂਟ ਦੇ ਨਾਲ ਹੀ ਇਵੋਲਵ ਹੋਏ ਸੀਗੇ ਜੇ ਉਹ ਪੋਲੀਨੇਟਰਸ ਖਤਮ ਹੋ ਗਏ ਤਾਂ ਉਹ ਪਲੈਂਟਸ ਦੀ ਪੋਲੀਨੇਸ਼ਨ ਪ੍ਰੋਪਰ ਨਹੀਂ ਹੋ ਪਾਈ ਉਹਦੀ ਅਗਲੀ ਜਨਰੇਸ਼ਨਸ ਪ੍ਰੋਪਰਲੀ ਨਹੀਂ ਬਣ ਪਾਈ ਅਲਟੀਮੇਟਲੀ ਨੰਬਰ ਇਨ ਡਿਕਰੀਸ ਕਰ ਗਿਆ ਤੇ ਉਹ species as arth de uparon extinct ho gayi